ਵੱਲੋਂ ਜੈ ਮਸੀਹ ਦੀ। ਸੋ ਅੱਜ ਦੇ ਦਿਨ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਇਸ ਸੰਦੇਸ਼ ਦੇ ਦੁਆਰਾ ਜੋ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਅਸੀਂ ਅੱਜ ਗੱਲ ਕਰਾਂਗੇ ਕਿ ਸਾਨੂੰ ਉਹਨਾਂ ਚੀਜ਼ਾਂ ਦੀ ਆਰਾਧਨਾ ਨਹੀਂ ਕਰਨੀ ਚਾਹੀਦੀ ਜਿਹੜੀਆਂ ਸਾਡੇ ਸਿਰਜਣਹਾਰ ਨੇ ਬਣਾਈਆਂ, ਸਗੋਂ ਸਾਨੂੰ ਆਪਣੇ ਸਿਰਜਣਹਾਰ ਦੀ ਜਿਹਨੇ ਸਾਰਾ ਕੁਝ ਸਿਰਜਿਆ ਹੈ, ਰਚਿਆ ਹੈ, ਬਣਾਇਆ ਹੈ, ਸਾਨੂੰ ਉਸੇ ਦੀ ਸਤੁਤੀ ਕਰਨੀ ਚਾਹੀਦੀ ਹੈ। ਅਗਰ ਅਸੀਂ ਇੰਗਲਿਸ਼ 'ਚ ਇਸ ਨੂੰ ਆਖੀਏ ਤਾਂ ਵਰਸ਼ਿਪ ਦਾ ਕ੍ਰੀਏਟਰ ਨੋਟ ਕ੍ਰੀਏਸ਼ਨ। ਸੋ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਉਤਪਤੀ ਦੀ ਕਿਤਾਬ ਵਿੱਚ ਵੇਖੀਏ, ਪਹਿਲੇ ਅਧਿਆਇ ਦੇ ਵਿੱਚ ਪਰਮੇਸ਼ੁਰ ਨੇ ਬਹੁਤ ਸਾਰੀਆਂ ਵਸਤੂਆਂ ਬਣਾਈਆਂ ਸੰਸਾਰ ਦੇ ਵਿੱਚ। ਚੰਨ ਨੂੰ ਬਣਾਇਆ, ਸਮੁੰਦਰ ਨੂੰ ਬਣਾਇਆ, ਧਰਤੀ ਨੂੰ ਬਣਾਇਆ, ਔਰ ਬਹੁਤ ਸਾਰੇ ਪੇੜ ਪੌਦੇ ਬਣਾਏ, ਫਲਦਾਰ ਬ੍ਰਿਕਸ਼ ਬਣਾਏ ਜਿਨ੍ਹਾਂ ਨੂੰ ਸਾਨੂੰ ਖਾਣ ਨੂੰ ਮਿਲਦਾ ਹੈ, ਔਰ ਰੁੱਤਾਂ ਬਣਾਈਆਂ, ਸਮੇਂ ਬਣਾਏ, ਔਰ ਚੰਦ ਸੂਰਜ ਨੂੰ ਬਣਾਇਆ, ਔਰ ਜਾਨਵਰਾਂ ਨੂੰ ਬਣਾਇਆ, ਕਿਸਣ ਵਾਲੇ ਜਾਨਵਰਾਂ ਨੂੰ ਬਣਾਇਆ। ਇਹ ਸਾਰੀਆਂ ਵਸਤੂਆਂ ਪਰਮੇਸ਼ੁਰ ਨੇ, ਸਾਰੀਆਂ ਚੀਜ਼ਾਂ ਪਰਮੇਸ਼ੁਰ ਨੇ ਇਸ ਕਰਕੇ ਬਣਾਈਆਂ ਤਾਂ ਜੋ ਉਹ ਸਾਡੇ ਜੀਵਨ ਦੇ ਲਈ ਲਾਭਦਾਇਕ ਹੋਣ। ਔਰ ਅਗਰ ਅਸੀਂ ਜਦੋਂ ਸਾਨੂੰ ਪਰਮੇਸ਼ੁਰ ਨੇ ਬਣਾਇਆ, ਆਦਮ ਨੂੰ ਬਣਾਇਆ, ਤਾਂ ਆਦਮ ਨੂੰ ਇਸ ਕਰਕੇ ਬਣਾਇਆ ਕਿ ਜੋ ਕੁਝ ਪਰਮੇਸ਼ੁਰ ਨੇ ਬਣਾਇਆ ਹੈ ਉਸਨੂੰ ਹੋਰ ਵੀ ਅੱਛੇ ਤਰੀਕੇ ਨਾਲ ਉਹਦੀ ਰੱਖਿਆ ਕਰ ਸਕੇ, ਦੇਖ ਰੇਖ ਕਰ ਸਕੇ, ਧਰਤੀ ਨੂੰ ਹੋਰ ਵੀ ਸੁੰਦਰ ਬਣਾ ਸਕੇ। ਸੋ ਅਗਰ ਅਸੀਂ ਇਸ ਸੰਸਾਰ ਦੀ ਗੱਲ ਕਰੀਏ ਕਿ ਸ਼ੈਤਾਨ ਨੇ ਇਸ ਸੰਸਾਰ ਨੂੰ ਇਹੋ ਜਿਹੇ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਉਸਨੇ ਪਰਮੇਸ਼ੁਰ ਦੀ ਸਾਰੀ ਸਿਰਜਣਾ ਨੂੰ, ਸਾਰੀ ਰਚਨਾ ਨੂੰ, ਜੋ ਕੁਝ ਖੁਦਾਬੰਦ ਪਰਮੇਸ਼ੁਰ ਨੇ ਬਣਾਇਆ ਹੈ ਉਸਨੂੰ ਸਾਰੇ ਨੂੰ ਵਿਗਾੜ ਦਿੱਤਾ। ਅਗਰ ਅਸੀਂ ਗੱਲ ਕਰੀਏ ਧਰਤੀ ਦੇ ਹੇਠਾਂ ਦੀ, ਸਮੁੰਦਰ ਦੀ ਗੱਲ ਕਰੀਏ ਤਾਂ ਪਰਮੇਸ਼ੁਰ ਨੇ ਸਮੁੰਦਰ ਨੂੰ ਬਣਾਇਆ ਔਰ ਸਮੁੰਦਰ ਦੇ ਵਿੱਚ ਬਹੁਤ ਸਾਰੇ ਆ ਜੀਵ ਜੰਤੂਆਂ ਨੂੰ ਬਣਾਇਆ, ਉਸ ਦੇ ਵਿੱਚ ਮੱਛਲੀਆਂ ਨੇ। ਤਾਂ ਲੋਕਾਂ ਨੇ ਕੀ ਕੀਤਾ, ਸ਼ੈਤਾਨ ਨੇ ਲੋਕਾਂ ਨੂੰ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਅੰਦਰ ਦੇ ਜੀਵਾਂ ਨੂੰ ਵੀ ਮਨੁੱਖਾਂ ਨੇ ਆਪਣੇ ਖੁਦਾ ਬਣਾ ਲਿਆ, ਆਪਣਾ ਰੱਬ ਬਣਾ ਲਿਆ, ਉਹਨਾਂ ਨੂੰ ਆਪਣੇ ਪ੍ਰਭੂ ਕਹਿਣ ਲੱਗ ਪਏ ਔਰ ਉਹਨਾਂ ਦੀ ਆਰਾਧਨਾ, ਉਹਨਾਂ ਦੀ ਪੂਜਾ ਕਰਨ ਲੱਗ ਪਏ। ਅਗਰ ਅਸੀਂ ਧਰਤੀ ਦੀ ਗੱਲ ਕਰੀਏ ਤਾਂ ਧਰਤੀ 'ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਪਰਮੇਸ਼ੁਰ ਨੇ ਇਸ ਕਰਕੇ ਬਣਾਈਆਂ ਤਾਂ ਜੋ ਸਾਡੇ ਫਾਇਦੇ ਲਈ ਹੋਣ। ਅਗਰ ਅਸੀਂ ਰੁੱਖਾਂ ਦੀ ਗੱਲ ਕਰੀਏ, ਰੁੱਖਾਂ ਨੂੰ, ਦਰਖਤਾਂ ਨੂੰ ਪਰਮੇਸ਼ੁਰ ਨੇ ਸਾਡੇ ਲਈ ਬਣਾਇਆ ਤਾਂ ਜੋ ਮਨੁੱਖਤਾ ਦੇ ਲਈ ਫਾਇਦੇਮੰਦ ਹੋਣ, ਉਹਨਾਂ ਦੇ ਸਾਹ ਲੈਣ ਦੇ ਲਈ ਲਾਭਦਾਇਕ ਹੋਣ। ਰੁੱਖ ਦਰਖਤ ਸਾਨੂੰ ਆਕਸੀਜਨ ਦਿੰਦੇ ਨੇ ਤਾਂ ਜੋ ਅਸੀਂ ਸਹੀ ਤਰੀਕੇ ਨਾਲ ਇਸ ਸੰਸਾਰ ਦੇ ਵਿੱਚ ਜੀ ਸਕੀਏ। ਔਰ ਨਾ ਕਿ ਪਰਮੇਸ਼ੁਰ ਨੇ ਰੁੱਖ ਇਸ ਕਰਕੇ ਬਣਾਏ ਕਿ ਅਸੀਂ ਉਹਨਾਂ ਦੀ ਪੂਜਾ ਕਰ ਸਕੀਏ। ਸਾਡੇ ਪੰਜਾਬ ਵਿੱਚ ਇੱਕ ਇਹੋ ਜਿਹਾ ਦਰਖਤ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਜੰਡ ਵੀ ਕਹਿੰਦੇ ਹਾਂ, ਲੋਕ ਉਸਦੀ ਪੂਜਾ ਕਰਨ ਲੱਗ ਪਏ। ਸੋ ਕਈ ਜੋ ਜੰਡ ਦਾ ਰੁੱਖ ਹੈ, ਜੰਡ ਦਾ ਦਰਖਤ ਹੈ, ਕਈ ਲੋਕਾਂ ਨੇ ਤਾਂ ਉਹਦੇ ਵਿੱਚ ਤੇਲ ਪਾ ਪਾ ਕੇ, ਲੱਸੀ ਪਾ ਪਾ ਕੇ ਇੰਨਾ ਸੁਕਾ ਦਿੱਤਾ ਕਿ ਉਹਨੂੰ ਅਸੀਂ ਵੇਖ ਵੀ ਨਹੀਂ ਸਕਦੇ, ਵੇਖਣ ਨੂੰ ਦਿਲ ਹੀ ਨਹੀਂ ਕਰਦਾ, ਇੱਥੋਂ ਤੱਕ ਕਿ ਅਸੀਂ ਉਹਦੇ ਕੋਲੋਂ ਦੀ ਵੀ ਨਹੀਂ ਲੰਘ ਸਕਦੇ ਕਿਉਂਕਿ ਉਸਦੇ ਹਾਲਾਤ ਇੰਨੇ ਮਾੜੇ ਕਰਦੇ ਨੇ ਲੋਕ। ਅਸੀਂ ਤਿਉਹਾਰਾਂ ਦੀ ਗੱਲ ਕਰੀਏ ਤਾਂ ਜ਼ਿਆਦਾ ਤਿਉਹਾਰਾਂ ਦੇ ਵਿੱਚ ਹੀ ਉਹ ਲੋਕ ਇੰਨਾ ਜੰਡ ਵਗੈਰਾ ਦੀ ਪੂਜਾ ਕਰਦੇ ਨੇ ਔਰ ਉੱਥੋਂ ਦੀ ਲੰਘਣਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਇੰਨੀ ਬਦਬੂ, ਇੰਨੀ ਗੰਦੀ ਮੁਸ਼ਕ ਉੱਥੋਂ ਦੀ ਮਾਰਦੀ ਹੁੰਦੀ ਹੈ। ਸੋ ਮੇਰੇ ਭੈਣੋ ਭਰਾਵੋ, ਖੁਦਾਵੰਦ ਨੇ, ਸਾਡੇ ਪ੍ਰਭੂ ਯੇਸ਼ੂ ਮਸੀਹ ਨੇ, ਪਰਮੇਸ਼ੁਰ ਨੇ ਇਹਨਾਂ ਰੁੱਖਾਂ ਨੂੰ ਇਸ ਕਰਕੇ ਨਹੀਂ ਬਣਾਇਆ ਤਾਂ ਜੋ ਅਸੀਂ ਉਹਨਾਂ ਦੀ ਪੂਜਾ ਕਰ ਸਕੀਏ, ਸਗੋਂ ਇਸ ਕਰਕੇ ਬਣਾਇਆ ਤਾਂ ਜੋ ਸਾਡੇ ਲਈ ਲਾਭਦਾਇਕ ਹੋਣ, ਤਾਂ ਜੋ ਸਾਨੂੰ ਆਕਸੀਜਨ ਦੇ ਸਕਣ। ਅਗਰ ਅਸੀਂ ਇਸ ਧਰਤੀ 'ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਕਿ ਜਾਨਵਰ, ਗਾਵਾਂ ਨੇ ਜਾਂ ਫਿਰ ਬੱਕਰੀਆਂ ਨੇ, ਸ਼ੇਰ ਹੈ, ਘੋੜਾ ਹੈ, ਕਈ ਲੋਕਾਂ ਨੇ, ਸ਼ੈਤਾਨ ਨੇ ਲੋਕਾਂ ਨੂੰ ਇਹੋ ਜਿਹਾ ਇਸਤੇਮਾਲ ਕੀਤਾ, ਇਹਨਾਂ ਚੀਜ਼ਾਂ ਨੂੰ ਵੀ, ਇੱਥੋਂ ਤੱਕ ਉਹਨਾਂ ਨੇ ਜਾਨਵਰ ਵੀ ਨਹੀਂ ਛੱਡੇ, ਉਹਨਾਂ ਨੇ ਵੀ ਆਪਣਾ ਖੁਦਾ ਬਣਾ ਕੇ ਬੈਠ ਗਏ। ਗਾਂ, ਅਗਰ ਅਸੀਂ ਗਾਂ ਦੀ ਗੱਲ ਕਰੀਏ, ਗਾਂ ਇੱਕ ਵਧੀਆ ਇੱਕ ਪਾਲਤੂ ਜਾਨਵਰ ਹੈ ਜਿਹਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਦੇ ਹਾਂ ਔਰ ਸਾਨੂੰ ਉਸ ਤੋਂ ਦੁੱਧ ਪੀਣ ਨੂੰ ਮਿਲਦਾ ਹੈ। ਉਹ ਇਸ ਕਰਕੇ ਨਹੀਂ ਬਣਾਇਆ ਗਿਆ ਕਿ ਅਸੀਂ ਉਹਦੀ ਆਰਾਧਨਾ ਕਰੀਏ, ਉਹਦੀ ਪੂਜਾ ਕਰੀਏ, ਇੱਕ ਆਪਣੀ ਦੀਵਾਰ 'ਤੇ ਉਹਦੀ ਫੋਟੋ ਲਗਾ ਕੇ ਜਾਂ ਆਪਣੇ ਘਰਾਂ ਦੇ ਵਿੱਚ ਰੱਖ ਕੇ ਅਸੀਂ ਉਹਦੀ ਪੂਜਾ ਕਰ ਸਕੀਏ। ਪ੍ਰਭੂ ਯਿਸੂ ਮਸੀਹ ਨੇ, ਖੁਦਾਵੰਦ ਨੇ ਇਸ ਕਰਕੇ ਬਣਾਏ ਤਾਂ ਜੋ ਉਹ ਸਾਡੇ ਲਈ ਲਾਭਦਾਇਕ ਹੋਣ, ਸਾਨੂੰ ਉਹਨਾਂ ਤੋਂ ਫਾਇਦਾ ਹੋ ਸਕੇ। ਹੋਰ ਬਹੁਤ ਕੁਝ ਹੈ ਜਿਸ ਤਰ੍ਹਾਂ ਕਿ ਸ਼ੇਰ ਹੈ, ਲੋਕ ਸ਼ੇਰ ਦੀ ਪੂਜਾ ਕਰਦੇ ਨੇ, ਸੱਪ ਹੈ, ਲੋਕ ਸੱਪ ਦੀ ਪੂਜਾ ਕਰਦੇ ਨੇ, ਚੂਹਾ ਲੋਕ ਚੂਹੇ ਦੀ ਪੂਜਾ ਕਰਦੇ ਨੇ। ਚੂਹਾ ਇਸ ਕਰਕੇ ਨਹੀਂ ਹੈ ਕਿ ਅਸੀਂ ਉਹਦੀ ਪੂਜਾ ਕਰੀਏ, ਜਾਂ ਸੱਪ ਇਸ ਕਰਕੇ ਨਹੀਂ ਹੈ ਕਿ ਅਸੀਂ ਉਹਦੀ ਪੂਜਾ ਕਰੀਏ, ਗਾਂ ਇਸ ਕਰਕੇ ਨਹੀਂ ਹੈ ਕਿ ਅਸੀਂ ਉਹਦੀ ਪੂਜਾ ਕਰੀਏ। ਪਰਮੇਸ਼ੁਰ ਨੇ ਇਸ ਧਰਤੀ ਨੂੰ ਸੁੰਦਰ ਬਣਾਉਣ ਦੀ ਖਾਤਰ ਇਹ ਸਾਰਾ ਕੁਝ ਸਿਰਜਿਆ ਹੈ, ਉਸਨੂੰ ਰਚਿਆ ਹੈ।
ਔਰ ਅਸੀਂ ਅਸੀਂ ਲੋਕਾਂ ਨੇ ਸੰਸਾਰਿਕ ਲੋਕਾਂ ਨੇ ਇਸ ਧਰਤੀ ਨੂੰ ਇਸ ਸ੍ਰਿਸ਼ਟੀ ਨੂੰ ਜੋ ਖੁਦਾਵੰਦ ਨੇ ਬਣਾਈ ਪਰਮੇਸ਼ਵਰ ਨੇ ਬਣਾਈ ਇੰਨਾ ਵਿਗਾੜ ਦਿੱਤਾ ਕਿ ਅਸੀਂ ਉਸ ਨੂੰ ਵੇਖ ਵੀ ਨਹੀਂ ਸਕਦੇ, ਇੰਨੀ ਗੰਦੀ ਬਦਬੂ ਆਉਂਦੀ ਹੈ। ਸੋ ਮੇਰੇ ਭੈਣੋ ਭਰਾਵੋ, ਇਹ ਸਾਡੀ ਜ਼ਿੰਮੇਵਾਰੀ ਹੈ, ਸਾਡੀ ਰਿਸਪੋਂਸੀਬਿਲਿਟੀ ਹੈ ਕਿ ਜੋ ਖੁਦਾ ਨੇ ਸਾਨੂੰ ਭੇਜਿਆ ਇਸ ਸੰਸਾਰ ਦੇ ਵਿੱਚ, ਸਾਡਾ ਇੱਕ ਦਰਸ਼ਨ ਹੈ, ਸਾਡਾ ਸਾਡਾ ਇੱਕ ਵਿਜ਼ਨ ਹੈ ਕਿ ਅਸੀਂ ਇਸ ਪਰਮੇਸ਼ਵਰ ਦੀ ਸ੍ਰਿਸ਼ਟੀ ਨੂੰ ਇੰਨਾ ਸੁੰਦਰ ਬਣਾ ਸਕੀਏ, ਬਹੁਤ ਜ਼ਿਆਦਾ ਸੁੰਦਰ, ਜਿੱਥੇ ਅਸੀਂ ਜਾਈਏ ਉੱਥੇ ਸੁੰਦਰਤਾ ਹੀ ਸੁੰਦਰਤਾ ਨਜ਼ਰ ਆਵੇ। ਸੋ ਹੋਰ ਬਹੁਤ ਕੁਝ ਨੇ ਇਸ ਸੰਸਾਰ ਦੇ ਵਿੱਚ, ਅਗਰ ਅਸੀਂ ਗੱਲ ਕਰੀਏ ਜਿਸ ਤਰ੍ਹਾਂ ਕਿ ਮਨੁੱਖ ਨੇ ਇੱਟਾਂ ਬਣਾਈਆਂ ਤਾਂ ਜੋ ਇੱਟਾਂ ਦੇ ਨਾਲ ਅਸੀਂ ਆਪਣਾ ਵਧੀਆ ਘਰ ਵਧੀਆ ਘਰ ਬਣਾ ਕੇ ਉਹਦੇ ਵਿੱਚ ਰਹਿ ਸਕੀਏ, ਤਾਂ ਜੋ ਉਹ ਸਾਨੂੰ ਸਿਰ ਦੇ ਉੱਤੇ ਛੱਤ ਦੇ ਸਕੇ। ਇਸ ਕਰਕੇ ਇੱਟਾਂ ਬਣਾਈਆਂ ਕਿ ਅਸੀਂ ਉਹਦੇ ਵਿੱਚ ਰਹਿ ਸਕੀਏ ਅੱਛਾ ਘਰ ਬਣਾ ਕੇ, ਨਾ ਕਿ ਇਸ ਕਰਕੇ ਬਣਾਏ ਕਿ ਅਸੀਂ ਇੱਟਾਂ ਦੀ 5 ਇੱਟਾਂ ਦੀ ਮੱਟੀ ਲਗਾ ਕੇ ਉਸਨੂੰ ਪੂਜ ਸਕੀਏ। ਪੰਜਾਬ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ, ਇੰਨਾ ਅੰਧ ਵਿਸ਼ਵਾਸ ਹੈ ਕਿ ਲੋਕ 5 ਇੱਟਾਂ ਦੀ ਮੱਟੀ ਬਣਾ ਕੇ ਮੜੀ ਬਣਾ ਕੇ ਉਸਦੀ ਪੂਜਾ ਕਰਦੇ ਨੇ ਔਰ ਕਹਿੰਦੇ ਨੇ ਕਿ ਇਹਦੇ ਵਿੱਚ ਸਾਡਾ ਬਾਬਾ ਰਹਿੰਦਾ, ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਦੇ ਵਿੱਚ ਰਹਿੰਦੇ ਨੇ। ਸੋ ਮੇਰੇ ਭੈਣੋ ਭਰਾਵੋ, 5 ਇੱਟਾਂ ਦੇ ਵਿੱਚ ਕੋਈ ਬਜ਼ੁਰਗ ਨਹੀਂ ਰਹਿ ਸਕਦਾ। ਅਗਰ ਸਾਡਾ ਰੱਬ, ਸਾਡਾ ਖੁਦਾ ਜਿਸ ਨੂੰ ਅਸੀਂ ਮੰਨਦੇ ਹਾਂ, ਉਹਦੇ ਵਿੱਚ ਵਾਕਿਆ ਹੀ ਸ਼ਕਤੀ ਹੈ ਕਿ ਸਾਨੂੰ ਉਹ ਉਹਨਾਂ ਓਪਰੀਆਂ ਜੋ ਆਤਮਾ ਨੇ ਸਾਨੂੰ ਉਹਨਾਂ ਤੋਂ ਛੁਡਾ ਨਹੀਂ ਸਕਦਾ। ਅਗਰ ਸਾਡੇ ਖੁਦਾ 'ਚ ਸ਼ਕਤੀ ਹੈ ਤਾਂ ਸਾਨੂੰ ਇਹ ਛੋਟੀਆਂ ਛੋਟੀਆਂ ਮੱਟੀਆਂ ਬਣਾਉਣ ਦੀ ਲੋੜ ਨਹੀਂ, ਜਾਂ ਆਪਣੇ ਡੋਲਿਆਂ ਦੇ ਵਿੱਚ ਕੋਈ ਡੰਡ ਵਗੈਰਾ ਬੰਨਣ ਦੀ ਲੋੜ ਨਹੀਂ, ਗਲਿਆਂ 'ਚ ਤਵੀਤ ਪਾਉਣ ਦੀ ਲੋੜ ਨਹੀਂ। ਮੇਰੇ ਭੈਣੋ ਭਰਾਵੋ, ਪਰਮੇਸ਼ਵਰ ਨੇ ਸਾਨੂੰ ਸਾਰੀਆਂ ਚੀਜ਼ਾਂ ਦੇ ਉੱਤੇ ਅਧਿਕਾਰ ਦਿੱਤਾ, ਸਾਰੀਆਂ ਚੀਜ਼ਾਂ ਸਾਡੇ ਵੱਸ ਵਿੱਚ ਨੇ, ਭਾਵੇਂ ਇਸ ਧਰਤੀ 'ਤੇ ਕਿੱਡਾ ਵੀ ਵੱਡਾ ਜਾਨਵਰ ਕਿਉਂ ਨਾ ਹੋਵੇ, ਹਰ ਇੱਕ ਚੀਜ਼ ਮਨੁੱਖ ਦੇ ਵੱਸ ਵਿੱਚ ਪਰਮੇਸ਼ਵਰ ਨੇ ਕੀਤੀ ਹੋਈ ਹੈ। ਸੋ ਇਸ ਕਰਕੇ ਮੇਰੇ ਭੈਣ ਭਰਾਵੋ, ਇਸ ਅੰਧ ਵਿਸ਼ਵਾਸ ਤੋਂ ਬਚੋ, ਜੋ ਕੁਝ ਪਰਮੇਸ਼ਵਰ ਨੇ ਰਚਿਆ ਹੈ ਉਹ ਸਾਡੇ ਹੀ ਫਾਇਦੇ ਲਈ ਹੈ। ਔਰ ਇੱਥੋਂ ਤੱਕ ਕਈ ਲੋਕਾਂ ਨੇ ਤਾਂ ਲੋਕਾਂ ਨੂੰ ਰੱਬ ਬਣਾ ਕੇ ਬਹਿ ਗਏ, ਬੰਦਿਆਂ ਦੀ ਪੂਜਾ ਕਰਨ ਲੱਗ ਪਏ, ਕਈਆਂ ਨੇ ਤਾਂ ਬੁੜੀਆਂ ਨੇ ਵੀ ਪੂਜਾ ਸ਼ੁਰੂ ਕਰ ਰੱਖੀ ਹੈ। ਸੋ ਮੇਰੇ ਭੈਣ ਭਰਾਵੋ, ਇਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਨੇ ਪੂਜਾ ਕਰਨ ਵਾਸਤੇ ਨਹੀਂ ਬਣਾਈਆਂ, ਇਹ ਸਾਡੇ ਫਾਇਦੇ ਵਾਸਤੇ ਬਣਾਈਆਂ। ਆਕਾਸ਼ ਵਿੱਚ ਦੇਖ ਲਓ, ਚੰਦ ਸੂਰਜ ਨੇ, ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਦਾ, ਉਹ ਚੰਦ ਨੂੰ ਪਾਣੀ ਪਾਉਂਦੇ ਨੇ, ਸੂਰਜ ਨੂੰ ਪਾਣੀ ਪਾਉਂਦੇ ਨੇ, ਮੱਥਾ ਟੇਕਦੇ ਨੇ। ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਿਉਂ ਕਰਦੇ ਹੋ, ਕਹਿੰਦੇ ਵੀ ਸਾਨੂੰ ਇਹ ਸੂਰਜ ਦੇਵਤਾ, ਇਹ ਚੰਦ ਦੇਵਤਾ, ਇਹ ਤਾਰੇ ਨੇ, ਇਹ ਸੂਰਜ ਪਰਮੇਸ਼ਰ ਨੇ ਦੇਵਤਾ ਕਰਕੇ ਨਹੀਂ ਬਣਾਇਆ, ਇਸ ਕਰਕੇ ਬਣਾਇਆ ਤਾਂ ਜੋ ਸਾਨੂੰ ਰੋਸ਼ਨੀ ਦੇ ਸਕੇ, ਤਾਂ ਜੋ ਸਾਨੂੰ ਚਾਨਣ ਦੇ ਸਕੇ। ਸੋ ਮੇਰੇ ਭੈਣ ਭਰਾਵੋ, ਇਹ ਅੰਧ ਵਿਸ਼ਵਾਸ ਤੋਂ ਨਿਕਲੋ ਔਰ ਸਿਰਫ ਇੱਕ ਹੀ ਪਰਮੇਸ਼ਰ 'ਤੇ, ਇੱਕ ਹੀ ਖੁਦਾ ਦੇ ਉੱਤੇ ਵਿਸ਼ਵਾਸ ਰੱਖੋ, ਭਰੋਸਾ ਰੱਖੋ, ਜਿਸਨੇ ਮੈਨੂੰ ਬਣਾਇਆ ਹੈ, ਜਿਸਨੇ ਤੁਹਾਨੂੰ ਬਣਾਇਆ ਹੈ, ਜਿਸਨੇ ਸਾਰੇ ਸੰਸਾਰ ਦੀ ਸਿਰਜਣਾ ਕੀਤੀ ਹੈ, ਉਹਦੀ ਜਾਂਚ ਕਰੋ, ਉਹਦੀ ਪੜਤਾਲ ਕਰੋ ਕਿ ਉਹ ਕੌਣ ਹੈ। ਆਪਣੇ ਕਮਰੇ ਦੇ ਵਿੱਚ ਬੈਠ ਜਾਓ ਔਰ ਉਹਦੇ ਨਾਲ ਗੱਲ ਕਰੋ ਕਿ ਪਰਮੇਸ਼ਰ ਜੋ ਤੂੰ ਹੈ ਮੇਰੇ ਨਾਲ ਗੱਲ ਕਰ, ਨਾ ਕਿ ਅਸੀਂ ਕਿਸੇ ਕਦੇ ਉੱਧਰ ਜਾਈਏ ਕਦੇ ਉੱਧਰ ਜਾਈਏ, ਹਰ ਇੱਕ ਚੀਜ਼ ਦੀ ਪੂਜਾ ਕਰੀਏ। ਇੱਕੋ ਹੀ ਹੈ, ਅਗਰ ਅਸੀਂ ਪੰਜਾਬ ਵਿੱਚ ਗੱਲ ਕਰੀਏ ਤਾਂ ਲੋਕਾਂ ਨੂੰ ਪੁੱਛੋ ਰੱਬ ਕਿੰਨੇ ਆ, ਹਰ ਇੱਕ ਬੰਦਾ ਹੀ ਕਹਿੰਦਾ ਕਿ ਇੱਕੋ ਹੀ ਰੱਬ ਹੈ। ਸੋ ਸੱਚਮੁੱਚ ਇੱਕੋ ਹੀ ਰੱਬ ਹੈ, ਇੱਕੋ ਹੀ ਖੁਦਾ ਹੈ, ਇੱਕੋ ਹੀ ਪਰਮੇਸ਼ਵਰ ਹੈ, ਉਹਦੀ ਜਾਂਚ ਕਰੀਏ ਉਹ ਕੌਣ ਹੈ, ਉਹ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ। ਉਹਨੇ ਸਾਨੂੰ ਬਣਾਇਆ ਹੈ, ਇਸ ਸੰਸਾਰ ਵਿੱਚ ਭੇਜਿਆ ਹੈ, ਉਹ ਚਾਹੁੰਦਾ ਹੈ ਕਿ ਅਸੀਂ ਉਹਦੇ ਨਾਲ ਗੱਲਬਾਤ ਕਰੀਏ। ਸੋ ਪਰਮੇਸ਼ਵਰ ਤੁਹਾਨੂੰ ਇਸ ਸੰਦੇਸ਼ ਦੇ ਰਾਹੀਂ ਬਹੁਤ ਬਹੁਤ ਆਸ਼ੀਸ਼ ਦੇਵੇ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ। ਔਰ ਖਾਸ ਕਰਕੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ, ਇਹ ਸਾਡਾ ਚੈਨਲ ਯੂਟਿਊਬ ਚੈਨਲ ਕੋਰਨਰ ਸਟੋਨ TV ਚੈਨਲ, ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ।